ਇੱਕ ਵਾਰੀ ਅਰਬਸਤਾਨ ਦੇ ਚਾਰ ਪੀਰਾਂ ਨੇ ਸਲਾਹ ਕੀਤੀ ਕਿ ਆਪਾਂ ਹਿੰਦੁਸਤਾਨ ਸੂਬਾ ਸਿੰਧ ਵਿੱਚ ਪਹੁੰਚ ਕੇ ਹਿੰਦੂਆਂ ਨੂੰ ਕਰਾਮਾਤ ਨਾਲ ਮੁਸਲਮਾਨ ਕਰਾਂਗੇ, ਤਾਂ ਇਹ ਮਸ਼ਵਰਾ ਕਰਕੇ ਉੱਥੋਂ ਤੁਰ ਕੇ ਕਰਾਚੀ ਦੇ ਪਤਨ ਤੋਂ ਪਾਰ ਹੋ ਕੇ ਸੂਬਾ ਸਿੰਧ ਦੇ ਨਗਰ ਠੱਟਾ ਆਣ ਪਹੁੰਚੇ, ਜਿਨ੍ਹਾਂ ਦੇ ਨਾਮ ਮੁਹੰਮਦ ਪੀਰ, ਹੁਸੈਨੀਆ ਪੀਰ, ਕਾਮਲ ਵਲੀ ਪੀਰ ਅਤੇ ਪੱਠਾ ਪੀਰ ਸਨ। ਇਹਨਾਂ ਨੇ 52 ਪੀਰ ਵਾਸ ਕਰ ਰੱਖੇ ਸਨ, ਜਿਨ੍ਹਾਂ ਨੂੰ ਹੁਕਮ ਦੇ ਕੇ ਰਾਤੋ ਰਾਤ ਚਾਰ ਮਕਬਰੇ ਉੱਚੇ ਤਿਆਰ ਕਰਵਾ ਦਿੱਤੇ। ਜਦੋਂ ਸਵੇਰ ਹੋਈ, ਹਿੰਦੂਆਂ ਦੇ ਨੌਜਵਾਨ ਮੁੰਡੇ ਉੱਧਰ ਨੂੰ ਆਏ ਅਤੇ ਵੇਖ ਕੇ ਹੈਰਾਨ ਹੋਏ ਕਿ ਇਹ ਚਾਰੇ ਮਕਬਰੇ ਰਾਤੋ ਰਾਤ ਕਿਸ ਤਰ੍ਹਾਂ ਬਣ ਗਏ ਹਨ ਅਤੇ ਕਿਸਨੇ ਬਣਾ ਦਿੱਤੇ ਹਨ। ਕੱਲ੍ਹ ਤਾਂ ਇੱਥੇ ਕੁਝ ਵੀ ਨਹੀਂ ਸੀ। ਕੁਝ ਸਮੇਂ ਬਾਅਦ ਉਹਨਾਂ ਨੇ ਚਾਰੇ ਪੀਰ ਇੱਕ ਪਾਸੇ ਬੈਠੇ ਵੇਖੇ, ਹੱਥਾਂ ਵਿੱਚ ਤਸਬੀਆਂ, ਹਰੇ ਚੋਲੇ ਅਤੇ ਵਾਲ ਪਿੱਛੇ ਨੂੰ ਵਾਹੇ ਹੋਏ ਸਨ। ਐਵੇਂ ਬੈਠੇ ਸਨ ਜਿਵੇਂ ਉਹ ਖੁਦਾ ਦੀ ਨਮਾਜ਼ ਕਰ ਰਹੇ ਹੋਣ। ਉਹਨਾਂ ਨੇ ਉੱਚੀ ਸਾਰੀ ਬਾਂਗ ਦਿੱਤੀ। ਉਹਨਾਂ ਦੀ ਆਵਾਜ਼ ਠੱਟਾ ਕਸਬੇ ਤੱਕ ਜਾ ਪਹੁੰਚੀ। ਉਹ ਨੌਜਵਾਨ ਹਿੰਦੂ ਬੱਚੇ ਵੀ ਲਾਗੇ ਆਣ ਖੜ੍ਹੇ ਹੋਏ ਕਿ ਇਹ ਕੋਈ ਕਾਮਲ ਪੀਰ ਹੀ ਹਨ ਜਿਨ੍ਹਾਂ ਨੇ ਰਾਤੋ ਰਾਤ ਐਡੇ ਵੱਡੇ ਅਤੇ ਉੱਚੇ ਮਕਬਰੇ ਤਿਆਰ ਕਰ ਦਿੱਤੇ ਹਨ। ਤਾਂ ਪੱਠੇ ਪੀਰ ਨੇ ਆਖਿਆ ਕਿ ਜਿਹੜਾ ਸਾਡਾ ਮੁਰੀਦ ਹੋ ਜਾਏਗਾ ਉਸ ਨੂੰ ਅਸੀਂ ਆਪਣਾ ਕਲਮਾ ਦੱਸਾਂਗੇ। ਪੂਰੇ 1.25 ਸਾਲ ਵਿੱਚ ਕਰਾਮਾਤ ਉਸ ਦੇ ਘਰ ਵਿੱਚ ਆ ਜਾਏਗੀ। ਇਹ ਸੁਣ ਕੇ ਬਹੁਤ ਸਾਰੇ ਹਿੰਦੂ ਬੱਚੇ ਪ੍ਰੇਰੇ ਗਏ ਅਤੇ ਮੁਸਲਮਾਨ ਹੋ ਕੇ ਕਲਮਾ ਪੜ੍ਹਨ ਲੱਗ ਪਏ। ਉਹਨਾਂ ਨੇ ਆਪਣੇ ਜਨੇਊ ਉਤਾਰ ਦਿੱਤੇ, ਸਿਰਾਂ ਤੋਂ ਬੋਦੀਆਂ ਵੀ ਕੱਢ ਦਿੱਤੀਆਂ। ਇਹ ਉਹਨਾਂ ਦਾ ਪ੍ਰਭਾਵ ਕਾਫ਼ੀ ਹਿੰਦੂ ਘਰਾਨਿਆਂ 'ਤੇ ਪੈ ਗਿਆ, ਜੋ ਮੁਸਲਮਾਨ ਹੋ ਕੇ ਉਹਨਾਂ ਦੇ ਹੀ ਮੁਰੀਦ ਬਣ ਬੈਠੇ। ਜਦ ਹਿੰਦੂ ਪਤਵੰਤਿਆਂ ਨੂੰ ਸਮਝ ਆਈ ਕਿ ਇਹ ਹਿੰਦੂ ਧਰਮ ਨੂੰ ਵੱਡਾ ਧੱਬਾ ਲੱਗ ਰਿਹਾ ਹੈ, ਇਹ ਠੀਕ ਨਹੀਂ ਹੋਵੇਗਾ, ਤਾਂ ਬਹੁਤ ਸਾਰੇ ਹਿੰਦੂ ਪਤਵੰਤੇ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਆਏ, ਬੇਨਤੀ ਕੀਤੀ ਕਿ ਧਰਮ ਰਕਸ਼ਕ ਜੀ, ਇਹ ਜੋ ਚਾਰ ਪੀਰ ਆ ਕੇ ਬੈਠੇ ਹਨ ਹਿੰਦੂ ਧਰਮ ਖਤਮ ਕਰਨ ਵਿੱਚ ਲੱਗੇ ਹੋਏ ਹਨ। ਹਿੰਦੂ ਨੌਜਵਾਨ ਬੱਚਿਆਂ ਨੂੰ ਪ੍ਰੇਰ ਕੇ ਮੁਸਲਮਾਨ ਕਰੀ ਜਾ ਰਹੇ ਹਨ, ਆਪ ਜੀ ਕਿਰਪਾ ਕਰੋ ਅਤੇ ਹਿੰਦੂ ਧਰਮ ਦੀ ਰੱਖਿਆ ਕਰੋ, ਆਪ ਹੀ ਕਰਨ ਕਾਰਨ ਸਮਰੱਥ ਹੋ, ਸਰਵ ਸ਼ਕਤੀਮਾਨ ਹੋ। ਬਾਬਾ ਸ਼੍ਰੀ ਚੰਦ ਜੀ ਨੇ ਆਖਿਆ ਕਿ ਹੈਂ, ਉਹ ਕੌਣ ਹਨ ਜੋ ਹਿੰਦੂ ਧਰਮ ਨੂੰ ਭਾਰੀ ਠੇਸ ਲਾਉਣ ਵਾਲੇ ਹਨ, ਹੁਣੇ ਹੀ ਪਤਾ ਕਰ ਲੈਂਦੇ ਹਾਂ। ਉਧਰੋਂ ਜਦ ਬਾਂਗ ਦੀ ਆਵਾਜ਼ ਆਈ, ਨਮਾਜ਼ ਪੜ੍ਹ ਕੇ ਆਪਣੇ ਖੁਦਾ ਨੂੰ ਝੁੱਕ ਕੇ ਸਜਦਾ ਕਰਨ ਲੱਗੇ, ਤਾਂ ਨਾਲ ਹੀ ਉਹ ਚਾਰੇ ਮਕਬਰੇ ਵੀ ਝੁੱਕ ਗਏ ਸਨ। ਜਿਸ ਤਰ੍ਹਾਂ ਬਾਬਾ ਜੀ ਦਾ ਧੂਣਾ ਲੱਗਾ ਹੋਇਆ ਸੀ, ਇਉਂ ਪ੍ਰਤੀਤ ਹੋਇਆ ਕਿ ਜਿਵੇਂ ਚਾਰੇ ਮਕਬਰਿਆਂ ਨੇ ਹੀ ਝੁੱਕ ਕੇ ਸਜਦਾ ਕੀਤਾ ਹੋਵੇ। ਉਧਰੋਂ ਆਏ ਹਿੰਦੂ ਪਤਵੰਤਿਆਂ ਨੂੰ ਬਾਬਾ ਜੀ ਨੇ ਧੀਰਜ ਦੇ ਕੇ ਆਖਿਆ ਕਿ ਤੁਸੀਂ ਚੱਲੋ, ਅਸੀਂ ਪਹੁੰਚ ਜਾਵਾਂਗੇ। ਉਹ ਤਾਂ ਵਾਪਸ ਮੁੜ ਗਏ। ਇੱਧਰ ਬਾਬਾ ਜੀ ਅਤੇ ਕਮਲੀਆ ਜੀ ਨੇ ਪਾਵਨ ਰੂਪ ਹੋ ਕੇ ਫੌਰਨ ਠੱਟਾ ਸਿੰਧ ਨਦੀ ਕਿਨਾਰੇ ਜਾ ਕੇ ਆਪਣਾ ਆਸਣ ਲਾਇਆ। ਇੱਥੋਂ 4 ਮੀਲ ਦੀ ਵਿੱਥ 'ਤੇ ਮਕਬਰੇ ਸੀ।
ਫਿਰ ਬਾਬਾ ਜੀ ਨੇ ਕਮਲੀਆ ਜੀ ਨੂੰ ਆਖਿਆ ਕਿ ਸੰਖ ਪੂਰੋ। ਭਾਈ ਕਮਲੀਆ ਜੀ ਨੇ ਸੰਖ ਪੂਰਿਆ, ਨਾਲ ਹੀ ਬਾਬਾ ਜੀ ਨੇ ਰਣ ਸਿੰਘੇ ਦੀ ਆਵਾਜ਼ ਕਰ ਦਿੱਤੀ, ਜੋ ਕਿ 4 ਮੀਲ ਦੇ ਫਾਸਲੇ ਤੋਂ ਵੀ ਅੱਗੇ ਜਾ ਪਹੁੰਚੀ। ਇਹ ਆਵਾਜ਼ ਸੁਣ ਕੇ ਚਾਰੇ ਪੀਰ ਆਵਾਜ਼ ਵਾਲੇ ਪਾਸੇ ਨੂੰ ਦੌੜ ਕੇ ਉੱਥੇ ਜਾ ਪੁੱਜੇ, ਜਿੱਥੇ ਜਟਾ ਜੂਟ ਬਾਬਾ ਸ਼੍ਰੀ ਚੰਦ ਜੀ ਧੂਣਾ ਲਾਈ ਬੈਠੇ ਸਨ। ਅੱਗੇ ਬਾਬਾ ਜੀ ਅਤੇ ਕਮਲੀਆ ਜੀ ਦੇ ਸੰਖਾਂ, ਰਣ ਸਿੰਘਿਆਂ ਦੀ ਗੂੜ੍ਹੀ ਧੁੰਨ ਦੀ ਆਵਾਜ਼ ਗੂੰਜ ਰਹੀ ਸੀ। ਕੁਝ ਨਜ਼ਦੀਕ ਆਣ ਕੇ ਆਪਣੇ ਕਲਮੇ ਮੰਤਰ ਬਾਬਾ ਜੀ ਉੱਪਰ ਚਲਾਉਣ ਲੱਗ ਪਏ ਕਿ ਇਹਨਾਂ ਦੋਨਾਂ ਫਕੀਰਾਂ ਨੂੰ ਕਲਮੇ ਮੰਤਰ ਨਾਲ ਮਾਰ ਹੀ ਦੇਣਾ ਹੈ, ਛੱਡਣਾ ਨਹੀਂ ਹੈ। ਆਪਣਾ ਪੂਰਾ ਪੂਰਾ ਜ਼ੋਰ ਲਾ ਬੈਠੇ। ਜਦ ਵੀ ਮੰਤਰ ਕਰਨ ਬਾਬਾ ਜੀ ਅਲੋਪ ਹੋ ਜਾਣ। ਇਸੇ ਹੀ ਤਰ੍ਹਾਂ ਬਹੁਤ ਵਾਰੀ ਬਾਬਾ ਜੀ 'ਤੇ ਵਾਰ ਕੀਤੇ, ਬਾਬਾ ਜੀ ਦਾ ਵਾਲ ਵੀ ਵਿੰਗਾ ਨਾ ਕਰ ਸਕੇ। ਜਦ ਦੂਰੋਂ ਵੇਖਣ ਤਾਂ ਬਾਬਾ ਜੀ ਬੈਠੇ ਹਨ, ਜਦ ਕੋਲ ਜਾਣ ਤਾਂ ਅੰਨੇ ਹੋ ਜਾਣ। ਇਹ ਕੌਤਕ 5-7 ਵਾਰੀ ਇਸੇ ਹੀ ਤਰ੍ਹਾਂ ਹੋਇਆ ਤਾਂ ਦੂਰੋਂ ਹੀ ਆਵਾਜ਼ ਦਿੱਤੀ ਕਿ ਸਾਨੂੰ ਇੱਕ ਵਾਰੀ ਆਪਣੇ ਕੋਲ ਆਉਣ ਦੀ ਪਹੁੰਚਤਾ ਦਿਓ। ਤਾਂ ਬਾਬਾ ਜੀ ਨੇ ਆਵਾਜ਼ ਕੀਤੀ ਕਿ ਆਪਣੇ ਘਮੰਡ ਨੂੰ ਦੂਰ ਕਰਕੇ ਆ ਸਕਦੇ ਹੋ, ਆਓ ਜੀ ਆਇਆਂ ਨੂੰ ਹੋਵੇਗਾ। ਧਰਮ ਦੀ ਵਿਰੋਧਤਾ ਕਰਨ ਵਾਲੇ, ਈਰਖਾ ਕਰਨ ਵਾਲੇ, ਮਜ਼ਹਬੀ ਜਨੂੰਨੀਆਂ, ਹੰਕਾਰੀਆਂ ਅਤੇ ਈਰਖਾਵਾਦੀਆਂ ਵਾਸਤੇ ਸਾਡੇ ਕੋਲ ਕੋਈ ਟਿਕਾਓ ਨਹੀਂ ਹੈ, ਸਾਫ਼ ਦਿਲ ਹੋ ਕੇ ਆ ਸਕਦੇ ਹੋ। ਬਾਬਾ ਜੀ ਦੀ ਇਹ ਗੱਲ ਸੁਣ ਕੇ ਉਹ ਚਾਰੇ ਪੀਰ ਸਾਫ਼ ਦਿਲ ਹੋ ਕੇ ਬਾਬਾ ਜੀ ਦੇ ਕੋਲ ਆਏ। ਨੂਰੀ ਜਲਵੇ ਨੂੰ ਨਮਸਕਾਰ ਵੀ ਕੀਤੀ ਅਤੇ ਬਾਬਾ ਜੀ ਨੇ ਬੜੇ ਸਤਿਕਾਰ ਦੇ ਕੇ ਕੋਲ ਬਿਠਾਇਆ। ਬਾਬਾ ਜੀ ਨੇ ਆਖਿਆ ਕਿ ਪੀਰ ਜੀ, ਜਿਨ੍ਹਾਂ ਦੇ ਉੱਤੇ ਖੁਦਾ ਪ੍ਰਭੂ ਦਾ ਕਲਮਾ ਇੱਕ ਵਾਰੀ ਚੱਲ ਜਾਏ, ਉਹਨਾਂ ਦੇ ਉੱਤੇ ਕਿਸੇ ਸ਼ਰ੍ਹਾਂ ਵਾਲਿਆਂ ਦਾ ਕਲਮਾ ਨਹੀਂ ਚੱਲਦਾ ਅਤੇ ਨਾ ਹੀ ਕੋਈ ਮੰਤਰ ਹੀ ਚੱਲਦਾ ਹੈ। ਆਪ ਪੀਰ ਹੋ ਕੇ ਇਹ ਕੀ ਸ਼ਰ੍ਹਾਂ ਵਾਲਿਆਂ ਦਾ ਧੰਦਾ ਚਲਾ ਰਹੇ ਹੋ ਅਤੇ ਖੁਦਾ ਦੇ ਅਸੂਲ ਦੀ ਉਲੰਘਣਾ ਕਰ ਰਹੇ ਹੋ। ਉਸ ਖੁਦਾ ਦੇ ਘਰ ਕਬੂਲ ਨਹੀਂ ਹੋਵੋਗੇ ਅਤੇ ਜਗਤ ਤੋਂ ਵੀ ਬੁਰਿਆਈ ਦੀ ਕਾਲਖ ਦਾ ਟਿੱਕਾ ਮੱਥੇ 'ਤੇ ਲਾ ਰਹੇ ਹੋ, ਇਹ ਠੀਕ ਨਹੀਂ ਹੋਵੇਗਾ। ਹਰ ਬੰਦੇ ਦੀ ਸੂਰਤ ਵਿੱਚ ਖੁਦਾ ਦਾ ਨੂਰ ਹੋਇਆ ਕਰਦਾ ਹੈ, ਸਭ ਸੂਰਤਾਂ ਖੁਦਾ ਦੀਆਂ ਹੀ ਹਨ, ਕਿਸੇ ਦੇ ਧਰਮ ਨੂੰ ਕੁਚਲਣਾ ਠੀਕ ਨਹੀਂ ਹੈ। ਰਾਮ, ਅੱਲਾਹ, ਖੁਦਾ, ਰੱਬ, ਪਰਮੇਸ਼ਰ, ਪ੍ਰਭੂ, ਜਿਤਨੇ ਵੀ ਇਹ ਨਾਮ ਹਨ, ਇਹ ਇੱਕੋ ਦੇ ਹਨ, ਸਭ ਉਸ ਇੱਕੋ ਨੂੰ ਹੀ ਪੁਕਾਰਦੇ ਹਨ। ਵੱਖੋ ਵੱਖਰੇ ਮਜ਼ਹਬ ਅਸੂਲ ਕਰਤਵਾਂ ਕਰਕੇ ਹਨ। ਆਦਮ ਦੀ ਸੂਰਤ ਆਦਮ ਇੱਕ ਹੀ ਹੈ। ਵੱਖੋ ਵੱਖਰੀਆਂ ਸੂਰਤਾਂ ਜੋ 84 ਲੱਖ ਜੀਵਾਂ ਦੀਆਂ ਹਨ, ਸਭ ਵਿੱਚ ਇੱਕੋ ਦੀ ਹੀ ਆਤਮ ਜੋਤੀ ਹੈ, ਕੋਈ ਹੋਰ ਨਹੀਂ ਹੈ। ਉਸਦੇ ਘਰ ਵਿੱਚ ਅਮਲ ਅਸੂਲਾਂ ਕਰਤਵਾਂ ਦਾ ਹਿਸਾਬ ਹੈ। ਕੌਮਾਂ ਜਾਂ ਮਜ਼ਹਬਾਂ ਨੂੰ ਕੋਈ ਨਹੀਂ ਪੁੱਛਦਾ, ਚਾਹੇ ਹਿੰਦੂ ਹੋਵੇ ਜਾਂ ਮੁਸਲਮਾਨ। ਉਹਨਾਂ ਚਾਰੇ ਪੀਰਾਂ ਨੂੰ ਉਪਦੇਸ਼ ਦਿੰਦਿਆਂ ਬਾਬਾ ਜੀ ਨੇ ਕਿਹਾ ਕਿ ਪਰਾਈ ਦੌਲਤ ਨੂੰ ਵੇਖ ਕੇ ਉਸਦੀ ਚਾਹਨਾ ਨਹੀਂ ਕਰਨੀ ਅਤੇ ਨਜ਼ਰ ਨਾਲ ਤੱਕਣ ਨਾਲ ਮਨ 'ਤੇ ਬੁਰਾ ਅਸਰ ਹੋ ਜਾਂਦਾ ਹੈ, ਬੇਈਮਾਨੀ ਆਉਣ ਬੈਠਦੀ ਹੈ, ਦ੍ਰਿਸ਼ਟੀ 'ਤੇ ਬੁਰਾ ਅਸਰ ਆਉਣ ਪੈਂਦਾ ਹੈ। ਅੱਖਾਂ ਨਾਲ ਜਦ ਵੀ ਤੱਕੋ
ਤਾਂ ਗੁਰਾਂ ਦਾ ਦੀਦਾਰ ਤੱਕੋ ਅਤੇ ਕੰਨਾਂ ਦੇ ਨਾਲ। ਬੁਰੀਆਂ ਗੱਲਾਂ ਸੁਣਨ ਨਾਲ ਵੀ ਮਨ 'ਤੇ ਬੁਰਾ ਹੀ ਅਸਰ ਪੈਂਦਾ ਹੈ। ਜਦੋਂ ਵੀ ਸੁਣੋ ਸਤ ਸੰਗਤ ਦੇ ਉਪਦੇਸ਼ ਬਚਨ ਸੁਣੋ, ਪ੍ਰਭੂ ਭਗਤੀ ਦੇ ਉਪਦੇਸ਼ ਸੁਣੋ। ਜੇਵਾ ਦੇ ਨਾਲ ਬੁਰੇ ਬੋਲ ਨਹੀਂ ਬੋਲਣੇ, ਨਿੰਦਿਆ ਚੁਗਲੀ ਨਹੀਂ ਕਰਨੀ, ਸਤ ਦੇ ਬਚਨ ਕਰਨੇ ਹਨ, ਗੁਰਜਨਾਂ ਦੀ ਉਪਮਾ ਕਰਨੀ ਅਤੇ ਪ੍ਰਭੂ ਦਾ ਨਾਮ ਸਿਮਰਨ ਕਰਨਾ ਹੈ। ਗੁਰਾਂ ਦੇ ਦਰਸ਼ਨ ਕੀਤਿਆਂ ਪ੍ਰਭੂ ਦੇ ਦੀਦਾਰ ਸਮਝਣੇ ਚਾਹੀਦੇ ਹਨ। ਗੁਰਾਂ ਦੀ ਸਿਫਤ ਸਲਾਘਾ ਕਰਨ ਨਾਲ ਜੇਵਾ ਪਵਿੱਤਰ ਹੁੰਦੀ ਹੈ ਅਤੇ ਪ੍ਰਭੂ ਦੀ ਹੀ ਸਿਫਤ ਸ਼ਲਾਘਾ ਜਾਣਨੀ ਹੈ। ਜਿਸ ਨੇ ਇਹਨਾਂ ਤਿੰਨਾਂ ਦਾ ਸੁਧਾਰ ਕਰ ਲਿਆ ਤਾਂ ਸਹਿਜੇ ਹੀ ਮਨ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਚਿੱਤ ਬਿਰਤੀ ਇਕਾਗਰਤਾ ਵਿੱਚ ਆ ਸਕਦੇ ਹਨ। ਉਹ ਹੀ ਅਸਲੀ ਸੰਤ ਹੈ ਜਿਸ ਦੀ ਚਿੱਤ ਬਿਰਤੀ ਇਕਾਗਰ ਹੈ। ਉਹੀ ਅਤੀਤ ਨਿਰਵਾਣ ਸੰਤ ਹੈ ਜਿਸ ਨੇ ਇਹਨਾਂ ਕਲੰਕਾਂ ਦਾ ਤਿਆਗ ਕੀਤਾ ਹੈ। ਉਹੀ ਸੰਤ ਹੈ ਜੋ ਵਾਸ਼ਨਾ ਤੋਂ ਰਹਿਤ ਹੈ। ਉਹੀ ਨੇਹ ਕਲੰਕੀ ਹੈ ਜੋ ਸਾਰੇ ਕਲੰਕਾਂ ਤੋਂ ਰਹਿਤ ਹੈ। ਸੋ ਹੇ ਪੀਰ ਜੀ, ਜੋ ਤੁਹਾਨੂੰ ਅਸਾਂ ਦੱਸਿਆ ਹੈ ਇਸ ਨੂੰ ਸਤ ਕਰਕੇ ਜਾਣਨਾ ਹੈ ਅਤੇ ਇਹੀ ਉਪਦੇਸ਼ ਤੁਸਾਂ ਹੋਰਨਾਂ ਨੂੰ ਵੀ ਕਰਨਾ ਅਤੇ ਜਣਾਉਣਾ ਹੈ। ਪੀਰਾਂ ਨੇ ਸਤ ਬਚਨ ਆਖ ਕੇ ਮੱਥਾ ਟੇਕਿਆ ਅਤੇ ਅੱਗੇ ਤੋਂ ਆਪ ਵੀ ਅਮਲ ਕੀਤਾ ਅਤੇ ਹੋਰਨਾਂ ਨੂੰ ਵੀ ਕਰਾ ਕੇ ਉਧਾਰ ਕੀਤਾ ਅਤੇ ਆਪ ਦਾ ਵੀ ਉਧਾਰ ਕੀਤਾ। ਉੱਥੇ ਅਮਲਾਂ ਦੇ ਫੈਸਲੇ ਹੁੰਦੇ ਹਨ। ਇਹ ਸੁਣ ਕੇ ਚਾਰੇ ਪੀਰ ਉੱਠ ਕੇ ਬਾਬਾ ਜੀ ਨੂੰ ਸਜਦੇ ਕਰਨ ਲੱਗ ਪਏ। ਭੁੱਲਾਂ ਬਖਸ਼ਾ ਕੇ ਆਸ਼ੀਰਵਾਦਾਂ ਪ੍ਰਾਪਤ ਕੀਤੀਆਂ ਅਤੇ ਪਿੱਛੇ ਨੂੰ ਆਪਣੇ ਰਾਹੇ ਪੈ ਗਏ। ਉਹ ਚਾਰੇ ਮੀਨਾਰ ਅੱਜ ਵੀ ਉੱਧਰ ਨੂੰ ਝੁਕੇ ਪਏ ਹਨ, ਕਾਇਮ ਹਨ। ਬਾਬਾ ਜੀ ਦੀ ਯਾਦਗਾਰ ਵੀ ਅੱਜ ਤੱਕ ਸਥਿਰ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।